ਸਤਿ ਸ਼੍ਰੀ ਅਕਾਲ ਜੀ, ਮੈਂ ਲਵਪ੍ਰੀਤ ਕੌਰ, ਹਾਜ਼ਰ ਜੀ ਰਮਨਦੀਪ ਕੌਰ ਦੁਆਰਾ ਲਿਖੀ ਗਈ ਕਹਾਣੀ ਪੱਕਾ ਕੋਠਾ ਦਾ ਭਾਗ ਪਹਿਲਾਂ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ। ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਮੂਹ ਨਗਰ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਪਿੰਡ ਦੇ ਬਾਹਰ ਸ਼ਮਸ਼ਾਨ ਘਾਟ ਕੋਲ ਜੋ ਸਰਕਾਰੀ ਪਲਾਟ ਹਨ, ਉਹਨਾਂ ਵਿੱਚ ਪਿੰਡ ਦੇ ਗਰੀਬ ਪਰਿਵਾਰਾਂ ਨੂੰ ਪੱਕੇ ਕੋਠੇ ਪਾ ਕੇ ਦੇਣ ਦਾ ਕੰਮ ਅੱਜ ਸ਼ੁਰੂ ਹੋਵੇਗਾ। 10 ਵਜੇ ਨੀਂਹ ਪੱਥਰ ਰੱਖਿਆ ਜਾਵੇਗਾ। ਸਮੂਹ ਸੰਗਤਾਂ ਨੂੰ ਅਰਦਾਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵੇਰ ਦੀ ਅਰਦਾਸ ਤੋਂ ਬਾਅਦ ਪਿੰਡ ਦੇ ਗੁਰਦੁਆਰੇ ਦੇ ਸਪੀਕਰ ਤੋਂ ਆਵਾਜ਼ ਆਉਂਦੀ ਆ, ਲੈ ਸੁਣ ਲਾ ਬੇਬੀ, ਮਿਲ ਗਈ ਗਰੀਬਾਂ ਨੂੰ ਪੱਕੇ ਕੋਠੇ, ਹੁਣ ਕੀ ਡੰਡ ਲਾਈਏ ਤੈਨੂੰ। ਵਿਹੜੇ ਵਿੱਚ ਬੈਠੀ ਭਾਂਡੇ ਮਾਂਜ ਰਹੀ 16 ਕੁ ਵਰ੍ਹਿਆਂ ਦੀ ਕਾਲੀ ਨੇ ਮੂੰਹ ਜਿਹਾ ਬਣਾ ਕੇ ਆਪਣੀ ਬੇਬੇ ਨਿਆਮਤ ਨੂੰ ਕਿਹਾ। ਕਾਲੀ ਦਾ ਨਾਮ ਹੀ ਕਾਲੀ ਏ, ਪਰ ਹੈ ਚਿੱਟੇ ਰੰਗ ਤੋਂ ਵੀ ਚਿੱਟੀ। ਜਦੋਂ ਕਾਲੀ ਜੰਮੀ ਸੀ ਤਾਂ ਬਿਲਕੁਲ ਪਰੀਆਂ ਦੀ ਜਾਈ ਵਰਗੀ ਸੀ। ਨਜ਼ਰਾਂ ਤੋਂ ਬਚਾਉਣ ਲਈ ਉਸਦੀ ਬੇਬੇ ਨੇ ਉਸਦਾ ਨਾਮ ਕਾਲੀ ਰੱਖ ਦਿੱਤਾ। ਕਾਲੀ ਨੂੰ ਆਪਣੇ ਰੰਗ ਨਾਲ ਇੰਨਾ ਪਿਆਰ ਸੀ, ਉਸ ਤੋਂ ਕਿਤੇ ਜ਼ਿਆਦਾ ਨਫ਼ਰਤ ਆਪਣੇ ਨਾਂ ਨਾਲ ਸੀ। ਮਿਲਦੇ ਨੇ ਤਾਂ ਮਿਲੀ ਜਾਣ, ਸਾਨੂੰ ਨਹੀਂ ਚਾਹੀਦਾ ਪੱਕਾ ਕੋਠਾ, ਅਸੀਂ ਕੱਚੀ 'ਚ ਹੀ ਖੁਸ਼ ਹਾਂ, ਨਿਆਮਤ ਨੇ ਤਵੇ 'ਤੇ ਰੋਟੀ ਪਾਉਂਦੀ ਨੇ ਕਿਹਾ। ਨਿਆਮਤ ਸਾਵਲੇ ਰੰਗ ਦੀ ਉੱਚੀ ਲੰਮੀ ਜਿਗਰੇ ਵਾਲੀ ਜਨਾਨੀ ਆ, ਉਹ ਸਰਪੰਚ ਦੇ ਘਰ ਗੋਹਾ ਕੂੜਾ ਕਰਦੀ ਆ। ਬੇਸ਼ੱਕ ਉਹ ਗਰੀਬ ਹੈ, ਪਰ ਕਿਸੇ ਤੋਂ ਮੰਗ ਕੇ ਖਾਣਾ ਉਸਨੂੰ ਗਵਾਰਾ ਨਹੀਂ, ਅਤੇ ਨਾ ਹੀ ਉਹ ਆਪਣੀ ਧੀ ਕਾਲੀ ਨੂੰ ਕਿਸੇ ਦੇ ਘਰ ਕੰਮ ਕਰਨ ਦਿੰਦੀ ਆ। ਉਹ ਜਿੰਨੀ ਜਵਾਨ ਦੀ ਮਾੜੀ ਆ, ਉਸ ਤੋਂ ਵੀ ਜ਼ਿਆਦਾ ਦਿਲ ਦੀ ਚੰਗੀ ਆ। ਬੀਬੇ ਤੂੰ ਹੀ ਇਸ ਨਰਕ 'ਚ ਖੁਸ਼ ਏ, ਅਸੀਂ ਨਹੀਂ, ਨਾਲੇ ਸਾਰਿਆਂ ਨੂੰ ਫ੍ਰੀ ਮਿਲ ਰਹੇ ਆ ਕੋਠੇ, ਕਿਹੜਾ ਸਾਨੂੰ ਇਕੱਲਿਆਂ ਨੂੰ ਦੇਣ ਲੱਗਾ ਸਰਪੰਚ। ਨਾ ਤੂੰ ਕਹਿਣੀ ਏ, ਉਹਨੂੰ ਤਾਂ ਨਾ ਸਾਨੂੰ ਕਹਿਣ ਦਿੰਦੀ ਏ, ਕਾਲੀ ਨੇ ਖਿਚ ਕੇ ਕਿਹਾ। ਮੈਂ ਨਹੀਂ ਕਹਿਣਾ ਕਿਸੇ ਨੂੰ, ਅਤੇ ਜੇ ਤੂੰ ਕਹਿਣ ਬਾਰੇ ਸੋਚਿਆ ਵੀ ਤਾਂ ਲੱਤਾਂ ਭੰਨ ਦੂੰ ਤੇਰੀਆਂ। ਆਹ ਬੱਬਰਾਂ ਨੂੰ ਛੱਡ ਕੇ ਮੰਡੇ ਖਾ ਜਿਹੜੇ ਤੂੰ ਖਾਣੇ ਆ, ਅਤੇ ਸਕੂਲ ਲੈ ਜਾ ਚੁੱਪ ਕਰਕੇ, ਨਿਆਮਤ ਨੇ ਕਾਲੀ ਵੱਲ ਔਖਾ ਜਿਹਾ ਵੇਖਦਿਆਂ ਕਿਹਾ। ਪਤਾ ਨਹੀਂ ਕਾਹਦੀ ਬਣੀ ਇਹ ਜਨਾਨੀ, ਫ੍ਰੀ ਦੀ ਚੀਜ਼ ਵੀ ਨਹੀਂ ਲੈ ਸਕਦੀ, ਆਪ ਤਾਂ ਇਹਨੇ ਕੱਚਿਆਂ 'ਚ ਮਰਨਾ ਹੀ ਏ, ਸਾਨੂੰ ਵੀ ਨਾਲ ਹੀ ਮਾਰੇਗੀ। ਕਾਲੀ ਬੁੜਬੁੜ ਕਰਦੀ ਹੱਥ ਧੋ ਕੇ ਸਿਰ ਵਾਹੁਣ ਲੱਗ ਜਾਂਦੀ ਆ। ਤੈਨੂੰ ਪੱਕਾ ਕੋਠਾ ਚਾਹੀਦਾ ਏ ਨਾ, ਮੈਂ ਪਾ ਕੇ ਦੇਊਂਗੀ, ਪਰ ਸਰਪੰਚ ਨੂੰ ਨਹੀਂ ਕਹਿਣਾ। ਨਿਆਮਤ ਨੇ ਜਿਹੜਾ ਪਿਆਰ ਜਿਹੇ ਨਾਲ ਕਿਹਾ, ਆਹੋ ਇਹ ਪਾ ਕੇ ਦਊਗੀ ਤੈਨੂੰ ਪੱਕਾ ਕੋਠਾ, ਵੱਡੀ ਲੈਣ ਲਾਟਰੀ। ਪਿਓ ਇਹਦੇ ਦੇ ਟਰੱਕ ਚੱਲਦੇ ਨੇ ਨਾ, ਕਾਲੀ ਦਾ ਪਿਓ ਸ਼ੰਕਰਾਮ ਲਈ ਤਲੀ 'ਤੇ ਜਰਦਾ ਮਲਦਾ ਬੋਲਿਆ। ਸ਼ੰਕਰ 50 ਕੁ ਸਾਲ ਦਾ ਅਨਪੜ੍ਹ ਨਸ਼ੇ ਕਰਨ ਵਾਲਾ ਵਿਹਲੜਾ, ਪਿੰਡ ਵਾਲੇ ਉਸਨੂੰ ਸ਼ੰਕਰਾਮ ਲਈ ਕਹਿੰਦੇ ਹਨ। ਉਹ ਨਿਆਮਤ ਅਤੇ ਕਾਲੀ ਨੂੰ ਨਫ਼ਰਤ ਕਰਦਾ ਹੈ, ਕਿਉਂਕਿ ਜਦੋਂ ਕਾਲੀ ਹੋਈ ਸੀ ਤਾਂ ਕਿਸੇ ਨੇ ਮੀਨਾ ਮਾਰਿਆ ਸੀ ਕਿ ਸ਼ੰਕਰਾ ਤੇਰੀ ਕੁੜੀ ਦੀ ਸ਼ਕਲ ਤਾਂ ਕਿਸੇ ਜੱਟ ਨਾਲ ਮਿਲਦੀ ਏ। ਉਦੋਂ ਤੋਂ ਉਹਨੇ ਦੋਵਾਂ ਮਾਮਾ ਧੀਆਂ ਨੂੰ ਕਦੇ ਚੱਜ ਨਾਲ ਨਹੀਂ ਸੀ ਬੁਲਾਇਆ। ਤੂੰ ਚੁੱਪ ਕਰ ਚੌਰਿਆ, ਤੇਰੇ ਮੂੰਹ 'ਚ ਅੱਗ ਪਈ, ਤੂੰ ਚੱਜਦਾ ਹੁੰਦਾ ਤਾਂ ਮੈਂ ਵੀ ਲੈਣ ਲਾਟਰੀਆਂ ਵਰਗੀ ਹੁੰਦੀ, ਨਿਆਮਤ ਨੇ ਚਲਾਵਾਂ ਵੀਲਣਾ ਸ਼ੰਕਰ ਵੱਲ ਸੁੱਟਦਿਆਂ ਕਿਹਾ। ਕੁੱਤੀ ਜਨਾਨੀ ਹਰ ਵੇਲੇ ਵੱਢ ਖਾਣ ਨੂੰ ਪੈਂਦੀ ਏ, ਖੜਜਰਾ ਤੈਨੂੰ ਮੈਂ ਸਿੱਧੀ ਕਰਦਾ। ਸ਼ੰਕਰ ਛਪੀੜ ਮਾਰਦਾ ਨਿਆਮਤ ਵੱਲ ਵਧਿਆ। ਤੂੰ ਹੱਥ ਤਾਂ ਲਾ ਕੇ ਵੇਖ ਕੰਜਰਾ, ਜੇ ਟੋਟੇ ਟੋਟੇ ਕਰਕੇ ਚੁੱਲ੍ਹੇ 'ਚ ਨਾ ਡਾਹਤਾ ਤਾਂ ਮੈਨੂੰ ਵੀ ਨਿਆਮਤ ਨਾ ਕਹੀਂ। ਨਿਆਮਤ ਵੀ ਡਰ ਕੇ ਸ਼ੰਕਰ ਦੇ ਸਾਹਮਣੇ ਖੜ ਗਈ। ਤੁਸੀਂ ਲੜੋ ਮਰੋ ਦੋਵੇਂ ਜਣੇ, ਤੁਹਾਡਾ ਸਿਆਪਾ ਨਹੀਂ ਮੁੱਕਣਾ, ਮੈਂ ਤਾਂ ਚੱਲੀ। ਕਾਲੀ ਰੋਣ ਹੱਕੀ ਹੋਈ ਚੋਲਾ ਚੁੱਕ ਕੇ ਸਕੂਲ ਵੱਲ ਤੁਰ ਪਈ। ਨੀ ਰੋਟੀ ਤਾਂ ਖਾਦਾ, ਢਿੱਡ ਨਾਲ ਕਾਹਦਾ ਰੋਸਾ,
ਨਿਆਮਤ ਰੋਟੀ ਚੁੱਕੀ ਕਾਲੀ ਦੇ ਪਿੱਛੇ ਭੱਜਦੀ ਆ। ਤੁਸੀਂ ਹੀ ਡੱਫ ਲਓ ਦੋਵੇਂ ਜਣੇ ਜਦੋਂ ਲੜਾਈ ਤੋਂ ਵਿਹਲੇ ਹੋ ਗਏ। ਕਾਲੀ ਕਾਲੇ ਕਾਲੇ ਪੈਰੀ ਤੁਰੀ ਜਾਂਦੀ ਬੋਲੀ। ਨਿਆਮਤ ਅੱਖਾਂ 'ਚ ਪਾਣੀ ਲੈ ਕੇ ਵਾਪਸ ਆ ਜਾਂਦੀ ਆ ਅਤੇ ਰੋਂਟੀ ਸ਼ੰਕਰ ਅੱਗੇ ਸੁੱਟ ਕੇ ਆਪ ਹੀ ਭੁੱਖੀ ਹੀ ਸਰਪੰਚ ਦੇ ਘਰ ਵੱਲ ਚਲੀ ਜਾਂਦੀ ਆ। ਸ਼ੰਕਰ ਬੇਸ਼ਰਮਾ ਵਾਂਗ ਰੋਟੀ ਚੁੱਕ ਕੇ ਖਾਣ ਲੱਗ ਜਾਂਦਾ ਹੈ। ਨਿਆਮਤ ਗੁੱਸੇ ਵਿੱਚ ਲਾਲ ਪੀਲੀ ਹੋਈ ਸਰਪੰਚ ਦੇ ਘਰ ਗੂਹਾ ਕੂੜਾ ਕਰ ਰਹੀ ਹੁੰਦੀ ਆ। ਕੀ ਗੱਲ ਏ ਭਾਈ ਨਿਆਮਤੇ, ਅੱਜ ਬੜੀ ਗੁੱਸੇ 'ਚ ਲੱਗਦੀ ਏ, ਬੱਠਲ ਨਾ ਪਾਉਂਦੇ ਵੀ ਗੁੱਸੇ 'ਚ। ਸਰਪੰਚ ਸਰਦਾਰ ਹਾਕਮ ਸਿੰਘ ਦੀ ਨਿਗਾਹ ਗੋਹੇ ਦਾ ਬੱਠਲ ਭਰ ਰਹੀ ਨਿਆਮਤ 'ਤੇ ਪੈਂਦੀ ਆ ਅਤੇ ਉਹ ਪੁੱਛਦਾ ਹੈ। ਹਾਕਮ ਸਿੰਘ ਪਿਛਲੇ 20 ਸਾਲਾਂ ਤੋਂ ਸਰਵਸੰਮਤੀ ਨਾਲ ਪਿੰਡ ਦਾ ਸਰਪੰਚ ਬਣਿਆ ਆ ਰਿਹਾ ਹੈ। ਪਿੰਡ ਵਿੱਚ ਬਹੁਤ ਕੰਮ ਕੀਤਾ ਅਤੇ ਬਹੁਤ ਇੱਜ਼ਤ ਕਮਾਈ ਆ। ਹਾਕਮ ਸਿੰਘ ਦੀ ਘਰਵਾਲੀ ਬੇਅੰਤ ਕੌਰ ਵੀ ਬਹੁਤ ਵਧੀਆ ਧਾਰਮਿਕ ਵਿਚਾਰਾਂ ਵਾਲੀ ਆ। ਸਰਪੰਚ ਦੇ ਦੋ ਮੁੰਡੇ ਹਨ, ਵੱਡਾ ਬਲਵਿੰਦਰ ਸਿੰਘ ਬਿੰਦਾ ਜੋ ਪੜ੍ਹਿਆ ਲਿਖਿਆ ਹੈ ਅਤੇ ਬੈਂਕ 'ਚ ਨੌਕਰੀ ਕਰਦਾ ਹੈ, ਅਤੇ ਛੋਟਾ ਭੁਪਿੰਦਰ ਸਿੰਘ ਭਿੰਦਾ ਜੋ ਕਾਗਜ਼ਾਂ ਵਿੱਚ ਤਾਂ ਕਾਲਜ ਪੜ੍ਹਦਾ ਹੈ ਪਰ ਉਂਝ ਸਾਰਾ ਦਿਨ ਵੇਲਾ ਗਲੀਆਂ ਕੱਚਦਾ ਫਿਰਦਾ ਹੈ। ਕੁਛ ਨਹੀਂ ਭਾਅ ਜੀ, ਬਸ ਟੱਬਰ ਨੇ ਲਹੂ ਪੀਤਾ ਪਿਆ। ਕਿਸੇ ਦਿਨ ਇਹਨਾਂ ਦੀ ਸਤੀ ਸਤਾਈ ਮੈਂ ਮਰ ਜਾਣਾ, ਨਿਆਮਤ ਦੁਖੀ ਹੋਈ ਬੋਲੀ। ਹੋਇਆ ਕਿ ਇਹ ਕੁਛ ਦੱਸੇਂਗੇ ਵੀ, ਸ਼ੰਕਰ ਨੇ ਕਿਹਾ ਕੁਛ। ਹਾਕਮ ਸਿੰਘ ਨਿਆਮਤ ਦੇ ਨੇੜੇ ਹੁੰਦਾ ਬੋਲਿਆ, ਸ਼ੰਕਰ ਤਾਂ ਕੀੜੇ ਪੈ ਗਿਆ ਹੈਗਾ ਹੀ ਆ, ਕੰਜਰ ਹੀ, ਉਹਦੀਆਂ ਗੱਲਾਂ ਵੱਲ ਤਾਂ ਮੈਂ ਉਂਝ ਹੀ ਧਿਆਨ ਦੇਣਾ ਛੱਡਤਾ। ਹੁਣ ਤਾਂ ਕਾਲੀ ਨੇ ਜੀਣਾ ਹਰਾਮ ਕੀਤਾ ਮੇਰਾ, ਕਹਿੰਦੀ ਪੱਕਾ ਕੋਠਾ ਚਾਹੀਦਾ। ਗੂਹੇ ਵਾਲਾ ਬੱਠਲ ਸਿਰ 'ਤੇ ਚੁੱਕ ਕੇ ਤੁਰੀ ਜਾਂਦੀ ਨਿਆਮਤ ਬੋਲੀ, ਪੱਕਾ ਕੋਠਾ ਉਹ ਤਾਂ ਅੱਜ ਮਿਲਣਾ ਹੀ ਆ। ਸਰਪੰਚ ਨੇ ਨਿਆਮਤ ਦੇ ਨਾਲ ਨਾਲ ਤੁਰਦੇ ਹੋਏ ਕਿਹਾ, ਸਾਡੇ ਕਰਮਾਂ 'ਚ ਕਿੱਥੇ ਪੱਕੇ, ਅਸੀਂ ਤਾਂ ਕੱਚਿਆਂ 'ਚ ਹੀ ਮਰ ਜਾਣਾ। ਨਿਆਮਤ ਨੇ ਰੁੱਖੀ ਜਿਹੀ ਆਵਾਜ਼ ਵਿੱਚ ਕਿਹਾ, ਕੀ ਗੱਲ, ਤੁਸੀਂ ਫਾਰਮ ਨਹੀਂ ਸੀ ਭਰੇ ਪੱਕੇ ਕੋਠੇ ਲਈ? ਸਰਪੰਚ ਨੇ ਹੈਰਾਨ ਹੁੰਦਿਆਂ ਪੁੱਛਿਆ। ਡੈਡੀ ਜੀ, ਮੈਂ ਤਾਂ ਕਿੰਨੀ ਵਾਰ ਨਿਆਮਤ ਚਾਚੀ ਨੂੰ ਕਿਹਾ ਵੀ ਫਾਰਮ ਭਰਵਾ ਲਓ, ਪਰ ਇਹ ਮੰਨਦੀ ਹੀ ਨਹੀਂ। ਨਿਆਮਤ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਪਿੰਦਾ ਮੁਸ਼ਕਰੀਆਂ 'ਚ ਹੱਸਦਾ ਬੋਲਿਆ, ਕਿਉਂ ਭਾਈ ਨਿਆਮਤੀ, ਕਿਉਂ ਨਹੀਂ ਭਰਵਾਏ ਤੁਸੀਂ ਫਾਰਮ? ਜੇ ਪਹਿਲਾਂ ਭਰੇ ਹੁੰਦੇ ਹੁਣ ਮਿਲ ਜਾਣਾ ਸੀ। ਚਲ ਕੋਈ ਨਹੀਂ। ਫਿਰ ਪਿੰਦੇ ਵੱਲ ਦੇਖਦੇ ਹੋਏ, ਪਿੰਦਿਆ ਭਰਦੇ ਮੈਂ ਇਹਨਾਂ ਦੇ ਫਾਰਮ ਹੁਣ। ਠੀਕ ਆ ਡੈਡੀ ਜੀ, ਮੈਂ ਤਾਂ ਅੱਜ ਹੀ ਭਰਨ ਲਈ ਤਿਆਰ ਹਾਂ। ਤੁਸੀਂ ਚਾਚੀ ਨੂੰ ਕਹੋ ਕਿ ਕਾਲੀ ਨੂੰ ਵੋਟਰ ਕਾਰਡ 'ਤੇ ਫੋਟੋਆਂ ਦੇ ਕੇ ਸ਼ਾਮ ਨੂੰ ਭੇਜ ਦੇਵੇ। ਪਿੰਦਾ ਨਿਆਮਤ ਵੱਲ ਦੇਖਦੇ ਹੋਏ ਮੁੱਛ ਮਰੋੜ ਕੇ ਕਹਿੰਦਾ ਹੈ, ਅੱਗ ਨਹੀਂ ਲਾਉਂਦੀ ਮੈਂ ਪੱਕੇ ਕੋਠੇ ਨੂੰ, ਜੇ ਤੂੰ ਫਾਰਮਾਂ ਦਾ ਨਾਂ ਵੀ ਲਿਆ ਤਾਂ ਟੋਟੇ ਟੋਟੇ ਕਰ ਦੂੰ ਮੈਂ ਤੇਰੇ। ਮਰ ਜਾਣਿਆ ਨੇ ਗਰੀਬਾਂ ਦਾ ਮਜ਼ਾਕ ਬਣਾ ਛੱਡਿਆ ਏ। ਨਿਆਮਤ ਨੂੰ ਪਿੰਦੇ ਨੂੰ ਦੇਖ ਕੇ ਸੱਤੀ ਕੱਪੜੇ ਅੱਗ ਲੱਗ ਜਾਂਦੀ ਆ ਅਤੇ ਉਹ ਗੋਹੇ ਵਾਲਾ ਬੱਠਲ ਸੁੱਟ ਕੇ ਬੁੜਬੁੜ ਕਰਦੀ ਬਾਹਰ ਚਲੀ ਜਾਂਦੀ ਆ। ਹੈ ਦੱਸ, ਹੈਗਾ ਕੋਈ ਜਮਾਨਾ ਭਲਾਈ ਦਾ? ਮੈਂ ਫਾਰਮ ਭਰਨ ਲਈ ਕਿਹਾ, ਇਹ ਅੱਗੋਂ ਗਾਲਾਂ ਕੱਢਦੀ ਏ। ਪਿੰਦਾ ਸਰਪੰਚ ਵੱਲ ਦੇਖ ਕੇ ਬੋਲਿਆ, ਇਹਨੂੰ ਕੀ ਸੱਪ ਲੜ ਗਿਆ ਹੋਣਾ? ਬਾਹਲੀ ਕੱਬੀ ਜਨਾਨੀ ਏ ਨਿਆਮਤ। ਚੱਲ ਛੱਡੋ ਯਾਰ, ਪਿੰਦਿਆ ਲਿਸਟ ਫੜਤੀ, ਛੇਤੀ ਆ ਜਾ ਮੇਰੇ ਮਗਰ, ਮੈਂ ਪਲਾਂਟਾਂ ਵੱਲ ਚੱਲਿਆ ਹਾਂ। ਸਰਪੰਚ ਕਾਲੀ ਨਾਲ ਬਾਹਰ ਨਿਕਲਦਾ ਬੋਲਿਆ। ਸਰਪੰਚ ਦੇ ਘਰੋਂ ਆ ਕੇ ਨਿਆਮਤ ਮੰਜੇ 'ਤੇ ਡਿੱਗ ਪੈਂਦੀ ਆ। ਕਿੰਨੀ ਹੀ ਦੇਰ ਸੋਚਾਂ ਵਿੱਚ ਡੁੱਬੀ ਰਹਿੰਦੀ ਆ। ਫਿਰ ਖਿਆਲ ਆਉਂਦਾ ਏ ਕਿ ਕਾਲੀ ਤਾਂ ਨਾ ਰੋਟੀ ਖਾ ਕੇ ਗਈ ਏ ਅਤੇ ਨਾਲ ਲੈ ਕੇ ਗਈ ਏ। ਝਟਕੇ ਨਾਲ ਮੰਜੇ ਤੋਂ ਉੱਠਦੀ ਏ ਅਤੇ ਮੈਲੇ ਜਿਹੇ ਪੌਣੇ ਨੂੰ ਝਾੜ ਕੇ ਵਿੱਚ ਦੋ ਠੰਡੀਆਂ ਹੋਈਆਂ ਰੋਟੀਆਂ ਅਤੇ ਅਚਾਰ ਦੀ ਇੱਕ ਫਾੜੀ ਰੱਖ ਕੇ
ਗੰਢ ਬੰਨ ਦਿੰਦੇ ਆ। ਰੋਟੀ ਲੈ ਕੇ ਨੰਗੇ ਪੈਰੀ ਹੀ ਕਾਲੀ ਕਾਲੀ ਸਰਕਾਰੀ ਸਕੂਲ ਵੱਲ ਤੁਰ ਪੈਂਦੇ ਆ। ਕਾਲੀ ਵੀ ਦੂਰੋਂ ਹੀ ਆਪਣੀ ਮਾਂ ਨੂੰ ਆਉਂਦਿਆਂ ਵੇਖ ਲੈਂਦੇ ਆ, ਤਾਂ ਕਰਕੇ ਅੱਗੋਂ ਦੀ ਆ ਜਾਂਦੇ ਆ। ਬੇਬੇ ਤੂੰ ਕਿੱਧਰ ਭੱਜੀ ਆਉਣੀ ਹੈ? ਸ਼ੁਕਰ ਕਰ ਮੈਂ ਤੈਨੂੰ ਆਉਂਦੇ ਨੂੰ ਵੇਖ ਲਿਆ ਅਤੇ ਅੱਗੋਂ ਦੀ ਆ ਗਈ, ਨਹੀਂ ਤਾਂ ਤੂੰ ਕਾਲੀ ਕਾਲੀ ਕਹਿ ਕੇ ਸਾਰਾ ਸਕੂਲ ਸਿਰ 'ਤੇ ਚੱਕ ਲੈਣਾ ਸੀ। ਕਾਲੀ ਨੇ ਆਸੇ ਪਾਸੇ ਵੇਖ ਕੇ ਦਬਵੀਂ ਆਵਾਜ਼ ਵਿੱਚ ਕਿਹਾ, ਪੁੱਤ ਮੈਂ ਤਾਂ ਰੋਟੀ ਦੇਣ ਆਈ ਸੀ, ਤੂੰ ਖਾ ਕੇ ਹੀ ਨਹੀਂ ਆਈ ਸੀ? ਨਿਆਮਤ ਨੇ ਪੌਣਾ ਅੱਗੇ ਕਰਦਿਆਂ ਕਿਹਾ, ਬੜੀ ਖੀਖਾਂ ਜੀ ਨਾ ਕਰ ਬੇਬੇ, ਜਦੋਂ ਰੋਟੀ ਪਾਣੀ ਦਾ ਟਾਈਮ ਹੁੰਦਾ ਉਦੋਂ ਲੜਨ ਮਰਨ ਬਹਿ ਜਾਂਦੇ ਨੇ ਅਤੇ ਫਿਰ ਪਿੱਛੇ ਪਿੱਛੇ ਚੱਕੀ ਫਿਰਦੇ ਨੇ, ਪਤਾ ਨਹੀਂ ਕੀ ਦੁਸ਼ਮਣੀ ਤੇਰੀ ਮੇਰੇ ਨਾਲ ਜੋ ਮੈਨੂੰ ਇੰਨਾ ਤੰਗ ਕਰਦੀ। ਪੂਣਾ ਵਾਪਸ ਨਿਆਮਤ ਵੱਲ ਤੱਕਦਿਆਂ ਕਾਲੀ ਗੁੱਸੇ ਵਿੱਚ ਬੋਲੀ, ਕੁੜੀ ਤੂੰ ਹਿੱਲ ਤਾਂ ਨਹੀਂ ਗਈ? ਨਿੱਕੀ ਜਿਹੀ ਗੱਲ ਪਿੱਛੇ ਮੈਨੂੰ ਆਪਦੀ ਦੁਸ਼ਮਣ ਸਮਝਣ ਜਾਂਦੀ ਹੈ? ਬਿਨਾਂ ਗੱਲੋਂ ਮਕਾਲ ਵਧਾਈ ਜਾਂਦੀ ਹੈ? ਨਿਆਮਤ ਕਾਲੀ ਦਾ ਜਵਾਬ ਸੁਣ ਕੇ ਤੜਫ ਉੱਠੀ, ਹਿੱਲ ਤਾਂ ਤੂੰ ਗਈ ਹੈ ਬੇਬੇ, ਤਾਂ ਹੀ ਫਰੀ ਮਿਲਦੀ ਚੀਜ਼ ਨੂੰ ਵੀ ਠੁੱਡੇ ਮਾਰਦੀ ਹੈ, ਪਤਾ ਨਹੀਂ ਕੀ ਭਰਿਆ ਤੇਰੇ ਦਿਮਾਗ 'ਚ। ਹੁਣ ਜੇ ਚੰਗੀ ਚਾਹੁੰਦੀ ਹੈ ਤਾਂ ਜਿੰਨੀ ਪੈਰੀ ਆਈ ਹੈ ਉਨੀ ਪੈਰੀ ਵਾਪਸ ਚਲੇ ਜਾ, ਨਹੀਂ ਤਾਂ ਇੱਥੇ ਤਮਾਸ਼ਾ ਬਣ ਜੂ। ਕਾਲੀ ਆਪੀ ਤੋਂ ਬਾਹਰ ਹੋ ਰਹੀ ਸੀ। ਕਾਲੀ ਦੇ ਮੂੰਹੋਂ ਇਹੋ ਜਿਹੀਆਂ ਗੱਲਾਂ ਸੁਣ ਕੇ ਨਿਆਮਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਹ ਮਸਾਂ ਪੈਰ ਘੜੀਸ ਘੜੀਸ ਕੇ ਘਰ ਤੱਕ ਪਹੁੰਚੀ ਅਤੇ ਆਉਂਦੇ ਹੀ ਫਿਰ ਮੰਜੇ 'ਤੇ ਡਿੱਗ ਪਈ। ਉਸਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਉਸਦੀ ਆਪਣੀ ਧੀ ਜਿਸ ਨੂੰ ਉਹਨੇ ਹਿੱਕ ਨਾਲ ਲਾ ਲਾ ਕੇ ਪਾ ਲਿਆ, ਉਹ ਉਸ ਨੂੰ ਇੰਨਾ ਮਾੜਾ ਚੰਗਾ ਬੋਲ ਰਹੀ ਹੈ। ਨਿਆਮਤ ਨੂੰ ਸ਼ੱਕ ਹੋਇਆ ਕਿ ਜ਼ਰੂਰ ਕਾਲੀ ਦੇ ਅਜਿਹੇ ਬੋਲਾਂ ਪਿੱਛੇ ਕੋਈ ਹੋਰ ਏ, ਨਹੀਂ ਤਾਂ ਕਾਲੀ ਕਦੇ ਐਵੇਂ ਨਹੀਂ ਸੀ ਬੋਲਦੀ। ਨਿਆਮਤ ਨੂੰ, ਕੀ ਗੱਲ ਏ ਕਾਲੀ, ਤੂੰ ਤਾਈ ਨੂੰ ਇੰਨਾ ਮਾੜਾ ਕਿਉਂ ਬੋਲਦੀ ਪਈ ਸੀ? ਕਾਲੀ ਦੇ ਨਾਲ ਪੜ੍ਹਦੀ ਅਤੇ ਕਾਲੀ ਦੀ ਪੱਕੀ ਸਹੇਲੀ ਪੂਜਾ ਨੇ ਪੁੱਛਿਆ, ਕਿਉਂਕਿ ਉਹਨੇ ਉਹਨਾਂ ਦੋਵਾਂ ਨੂੰ ਬੋਲਦੀਆਂ ਸੁਣ ਲਿਆ ਸੀ। ਕੀ ਦੱਸਾਂ ਯਾਰ, ਅਨਪੜ੍ਹ ਮਾਂ ਵੀ ਰੱਬ ਕਿਸੇ ਨੂੰ ਨਾ ਦੇਵੇ, ਬੇਬੇ ਨੇ ਮੇਰਾ ਜੀ ਨਾ ਹਰਾਮ ਕੀਤਾ ਪਿਆ ਏ। ਕਾਲੀ ਅਜੇ ਵੀ ਤੱਪੀ ਪਈ ਸੀ। ਇਹ ਕੀ ਗੱਲ ਹੋਈ? ਮਾਂ ਇਹ ਹੋ ਤੇਰੀ, ਤੇਰਾ ਮਾੜਾ ਨਹੀਂ ਸੋਚ ਸਕਦੀ, ਤੂੰ ਪਤਾ ਨਹੀਂ ਕਿਹਦੀ ਚੱਕ 'ਚ ਆਈ ਫਿਰਦੀ ਹੈ। ਪੂਜਾ ਨੇ ਕਾਲੀ ਨੂੰ ਮੋਢੇ ਤੋਂ ਫੜ ਹਿਲਾਉਂਦਿਆਂ ਕਿਹਾ, ਚੱਕ 'ਚ ਨਹੀਂ ਆਈ, ਮੈਨੂੰ ਵੀ ਸਭ ਦਿੱਸਾ, ਨਿਆਣੀ ਨਹੀਂ ਮੈਂ ਹੁਣ। ਬੀਬੀ ਜਾਣ ਬੁੱਝ ਕੇ ਕੋਠੇ ਨੂੰ ਨਾ ਕਰਕੇ ਕਰੀ ਕਲੇਸ਼ ਪਾਉਂਦੀ ਆ। ਕਾਲੀ ਪੂਜਾ ਵੱਲ ਦੇਖ ਕੇ ਬੋਲੀ, ਹੋ ਸਕਦਾ ਉਹਦੀ ਵੀ ਕੋਈ ਮਜਬੂਰੀ ਹੋਏ, ਨਹੀਂ ਤਾਂ ਐਵੇਂ ਨਾ ਕੌਣ ਕਰਦਾ। ਪੂਜਾ ਨੇ ਫਿਰ ਸਮਝਾਉਂਦੇ ਹੋਏ ਕਿਹਾ, ਮਜਬੂਰੀ? ਇਹ ਕਹੋ ਜਿਹੀ ਮਜਬੂਰੀ ਹੋਈ? ਹੁਣ ਤੂੰ ਵੀ ਬੀਬੀ ਵਰਗੀਆਂ ਗੱਲਾਂ ਨਾ ਕਰ ਮੇਰੇ ਨਾਲ, ਤੂੰ ਮੈਨੂੰ ਇਹ ਦੱਸ, ਅੱਜ ਸਕੂਲ ਤੋਂ ਬਾਅਦ ਚੱਲੇਂਗੀ ਮੇਰੇ ਨਾਲ? ਕਾਲੀ ਪੂਜਾ ਨੂੰ ਪੁੱਛਦੀ ਆ, ਕਿੱਥੇ? ਪੂਜਾ ਬੋਲੀ, ਸਰਪੰਚ ਦੇ ਘਰ, ਪਿੰਦਾ ਕਹਿੰਦਾ ਸੀ ਆ ਜਾਵੀਂ, ਮੈਂ ਫਾਰਮ ਭਰ ਦੇਵਾਂਗਾ। ਕਾਲੀ ਥੋੜ੍ਹਾ ਰੁਕ ਰੁਕ ਕੇ ਬੋਲੀ, ਤੂੰ ਨਾ ਪਿੰਦੇ ਨੂੰ ਮੂੰਹ ਨਾ ਲਾ, ਮੈਨੂੰ ਉਹ ਚੰਗਾ ਜਿਹਾ ਨਹੀਂ ਲੱਗਦਾ। ਨੜੇ ਤੇਰੀ ਬੇਬੇ ਨੇ ਤੈਨੂੰ ਸਰਪੰਚ ਦੇ ਘਰ ਜਾਣ ਤੋਂ ਰੋਕਿਆ ਏ ਨਾ, ਫਿਰ ਕਿਉਂ ਜਾਣਾ ਏ ਤੂੰ? ਪੂਜਾ ਗੁੱਸੇ ਨਾਲ ਬੋਲੀ, ਤੂੰ ਜਾਣਾ ਤਾਂ ਜਾਵੀਂ, ਨਹੀਂ ਤਾਂ ਮੈਂ ਆਪੇ ਚਲੀ ਜਾਵਾਂਗੀ, ਬਹੁਤੀਆਂ ਮੱਤਾਂ ਨਾ ਦੇ ਮੈਨੂੰ। ਕਾਲੀ ਬੁੜ ਬੁੜ ਕਰਦੀ ਪੂਜਾ ਕੋਲੋਂ ਉੱਠ ਕੇ ਚਲੀ ਜਾਂਦੀ ਆ। ਜਦੋਂ ਹੀ ਨਿਆਮਤ ਕਾਲੀ ਦੇ ਸਕੂਲੋਂ ਆਈ ਸੀ ਉਦੋਂ ਦੀ ਹੀ ਮੰਜੇ 'ਤੇ ਪਈ ਆਪਣੇ ਅਤੀਤ ਦੀ ਫਰੂਲਾ ਫਰਾਲੀ ਕਰ ਰਹੀ ਸੀ। ਉਸਨੂੰ ਕੋਈ ਸੁਰਤ ਨਹੀਂ ਸੀ ਕਿ ਦਿਨ ਛਿਪ ਗਿਆ ਸੀ। ਪੁਰਾਣੇ ਦਿਨ ਯਾਦ ਕਰਕੇ ਉਸਦੀਆਂ ਅੱਖਾਂ 'ਚੋਂ ਪਾਣੀ ਪਰਲ ਪਰਲ ਵਗ ਰਿਹਾ ਸੀ। ਸ਼ੰਕਰ ਨੇ ਉਸਨੂੰ ਕਿੰਨੀ ਵਾਰੀ ਚਾਹ ਤਰਨ ਲਈ ਕਿਹਾ ਸੀ ਪਰ ਉਸਨੂੰ ਕੁਝ ਵੀ ਨਹੀਂ ਸੀ ਸੁਣਿਆ। ਗੰਦੀ ਲਾਣੇ ਦੀ ਉੱਠ ਖੜ੍ਹ ਹੋਣਾ,
ਦੁਪਹਿਰ ਦੀ ਲਾਸ਼ ਬਣ ਕੇ ਪਈ ਏ, ਕਿਹੜੇ ਯਾਰ ਦਾ ਸ਼ੋਗ ਮਨਾਉਣ ਰਹੀ ਏ? ਸ਼ੰਕਰ ਨੇ ਨਿਆਮਤ ਦਾ ਮੰਜਾ ਝਾਕੀ ਟੀਡਾ ਕਰਦਿਆਂ ਕਿਹਾ। ਜਿਹੜੀ ਨਿਆਮਤ ਸ਼ੰਕਰ ਦੇ ਕੁਛ ਕਹਿਣ 'ਤੇ ਚਾਰੇ ਪੱਥਰ ਚੱਕ ਕੇ ਪੈ ਜਾਂਦੀ ਸੀ, ਹੁਣ ਬਿਲਕੁਲ ਹੀ ਸ਼ਾਂਤ ਸੀ। ਉਸਨੇ ਸ਼ੰਕਰ ਦਾ ਕੋਈ ਵਿਰੋਧ ਨਾ ਕੀਤਾ ਅਤੇ ਉੱਠ ਕੇ ਖੜ੍ਹੀ ਹੋ ਗਈ। ਤੇਰੀ ਸ਼ਹਿਜ਼ਾਦੀ ਨਹੀਂ ਆਈ ਅੱਜ ਪੜ੍ਹਾਈਆਂ ਕਰਕੇ? ਕਿੱਥੇ ਤੋਰੇ ਆਈ ਉਹਨੂੰ? ਜਿਹੋ ਜਿਹੇ ਕੰਮ ਆਪ ਕਰਦੀ ਰਹੀ ਏ, ਉਹੋ ਜਿਹੇ ਧੀ ਨੂੰ ਸਿਖਾ ਦੇ ਹੋਣ, ਸ਼ੰਕਰ ਥੁੱਕ ਸੁੱਟਦਾ ਬੋਲਿਆ। ਕਾਲੀ ਦੇ ਘਰ ਨਾ ਆਉਣ ਬਾਰੇ ਸੁਣ ਕੇ ਨਿਆਮਾਂ ਦੀ ਸੋਚਾਂ ਦੀ ਲੜੀ ਟੁੱਟ ਗਈ ਅਤੇ ਉਹ ਇੱਕਦਮ ਭੱਜ ਉੱਠੀ। ਨਾ ਉਸ ਨੂੰ ਆਪਣੀ ਚੁੰਨੀ ਦੀ ਸੁਰਤ ਸੀ ਜੋ ਭੱਜਣ ਲੱਗੇ ਵੂਹੇ ਨਾਲ ਲੜ ਕੇ ਡਿੱਗ ਪਈ ਸੀ, ਅਤੇ ਨਾ ਪੈਰਾਂ ਦੀਆਂ ਚੱਪਲਾਂ ਦੀ। ਨਿਆਮਤ ਕਾਲੀ ਨੂੰ ਲੱਭਣ ਲਈ ਸਰਪੰਚ ਦੇ ਘਰ ਜਾਂਦੀ ਆ। ਕਾਲੀ ਕਾਲੀ, ਉਹ ਕਾਲੀਏ ਕਿੱਥੇ ਆ ਤੂੰ? ਵੀ ਬਾਹਰ ਨਿਕਲ ਵੇ ਪੈਂਦੇ ਆ, ਕਾਲੀ ਕਿੱਥੇ ਆ? ਨਿਆਮਤ ਸਰਪੰਚ ਦੇ ਵਿਹੜੇ 'ਚ ਖੜੋ ਕੇ ਉੱਚੀ ਉੱਚੀ ਬੋਲਦੀ ਆ। ਕੀ ਗੱਲ ਏ ਨਿਆਮਤ, ਇੰਨਾ ਰੌਲਾ ਕਿਉਂ ਪਾਇਆ ਏ ਤੂੰ? ਰੌਲਾ ਸੁਣ ਕੇ ਬਾਹਰ ਆਉਂਦਾ ਹੋਇਆ ਸਰਪੰਚ ਬੋਲਿਆ। ਉਸੇ ਮਗਰ ਹੀ ਸਰਪੰਚ ਨੇ ਤੇ ਪਿੰਦਾ ਵੀ ਬਾਹਰ ਆ ਗਏ। ਕਾਲੀ ਕਿੱਥੇ ਆ? ਪਿੰਦੇ ਆ, ਦੱਸ ਮੇਰੀ ਕਾਲੀ ਕਿੱਥੇ ਆ? ਜੇ ਮੇਰੀ ਧੀ ਨੂੰ ਕੁਛ ਹੋ ਗਿਆ ਨਾ, ਮੈਂ ਤੈਨੂੰ ਖੜ੍ਹੇ ਖਲੋਤੇ ਨੂੰ ਅੱਗ ਲਾ ਦੂੰ। ਦੱਸ ਕਾਲੀ ਕਿੱਥੇ ਆ? ਨਿਆਮਤ ਨੇ ਪਿੰਦੇ ਨੂੰ ਗਲ ਤੋਂ ਫੜ ਕੇ ਖਿੱਚਦਿਆਂ ਕਿਹਾ। ਮੁੰਡੇ ਨੂੰ ਛੱਡ ਨਿਆਮਤੇ, ਕਮਲੀ ਤਾਂ ਨਹੀਂ ਹੋ ਗਈ ਤੂੰ? ਇਹ ਕੀ ਕਰਤੂਤ ਹੋਈ? ਅਸੀਂ ਤੇਰਾ ਜਿੰਨਾ ਲਿਹਾਜ਼ ਕਰਦੇ ਹਾਂ, ਤੂੰ ਉਹਨੇ ਸਿਰੇ ਛੱਡਦੀ ਹੈ? ਛੱਡੇ ਮੁੰਡੇ ਨੂੰ? ਸਰਪੰਚ ਨੇ ਨਿਆਮਤ ਨੂੰ ਖਿੱਚ ਕੇ ਪਿੱਛੇ ਕਰਦਿਆਂ ਕਿਹਾ। ਮੈਂ ਨਹੀਂ ਛੱਡਣਾ, ਇਹਨੂੰ ਪੁੱਛੋ ਕਾਲੀ ਕਿੱਥੇ ਆ। ਨਿਆਮਤ ਉੱਡ ਉੱਡ ਕੇ ਪਿੰਦੇ ਨੂੰ ਪੈ ਰਹੀ ਸੀ। ਇੰਨੇ ਨੂੰ ਉਸਦੇ ਪਿੱਛੇ ਪਿੱਛੇ ਸ਼ੰਕਰ ਵੀ ਆ ਗਿਆ। ਉਸਨੇ ਆਉਂਦਿਆਂ ਹੀ ਨਿਆਮਤ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਵੇਖ ਚਾਚੀ, ਮੈਂ ਆਪਦੇ ਬਾਪੂ ਦੀ ਇੱਜ਼ਤ ਕਰਕੇ ਤੇਰਾ ਲਿਹਾਜ਼ ਕਰ ਰਿਹਾ, ਨਹੀਂ ਤਾਂ ਜੋ ਤੂੰ ਅੱਜ ਕੀਤਾ। ਪਿੰਦੇ ਨੂੰ ਬੋਲਦੇ ਬੋਲਦੇ ਨੂੰ ਸਰਪੰਚ ਨੇ ਟੋਕ ਦਿੱਤਾ। ਉਹ ਤੂੰ ਬੱਸ ਕਰ ਮੁੰਡਿਆ, ਮੈਂ ਹੈਗਾ ਨਾ ਅਜੇ ਗੱਲ ਕਰਨ ਨੂੰ। ਹਾਂ ਵੇ, ਹੁਣ ਤੂੰ ਦੱਸ ਕੀ ਹੋਇਆ ਕਾਲੀ ਨੂੰ? ਪਿੰਦੇ ਨੂੰ ਕਿਉਂ ਪੁੱਛਣ ਆਈ ਏ? ਮਾਮਲਾ ਕੀ ਏ? ਸਰਪੰਚ ਨੇ ਨਿਆਮਤ ਨੂੰ ਪੁੱਛਿਆ। ਨਿਆਮਾਂ ਦੇ ਬੋਲਣ ਤੋਂ ਪਹਿਲਾਂ ਹੀ ਸ਼ੰਕਰ ਬੋਲ ਪਿਆ। ਹੋਣਾ ਕੀ ਏ? ਮਾਂ ਵਾਜੂ ਕਿਤੇ ਧੱਕੇ ਖਾਣ ਗਈ ਹੋਊਗੀ। ਹੁਣ ਆਪਣੀ ਧੀ ਦੀਆਂ ਕਰਤੂਤਾਂ 'ਤੇ ਪਰਦੇ ਪਾਉਣ ਨੂੰ ਇਹ ਇੱਥੇ ਆ ਗਈ? ਪਿੰਦੇ ਦੇ ਗਲ ਮਰਿਆ ਸੱਪ ਪਾਉਣ ਜਿਵੇਂ ਇਹਦੀ ਮਾਂ ਨੇ ਮੇਰੇ ਪਾਇਆ ਸੀ। ਨਿਆਮਾਂ ਅਤੇ ਸ਼ੰਕਰ ਹੱਥੋਂ ਪਾਈ ਹੋ ਜਾਂਦੇ ਹਨ। ਨਿਆਮਾਂ 'ਤੇ ਚੁੱਕੇ ਸ਼ੰਕਰ ਦੇ ਸਿਰ 'ਚ ਮਾਰਦੀ ਆ, ਉਹ ਤੜਫਣ ਲੱਗ ਜਾਂਦੀ ਆ। ਪਿੰਦਾ ਉਸ ਨੂੰ ਡਾਕਟਰ ਕੋਲ ਲੈ ਜਾਂਦਾ ਹੈ। ਸਰਪੰਚ ਅਤੇ ਸਰਪੰਚਣੀ ਨਿਆਮਤ ਨੂੰ ਸ਼ਾਂਤ ਕਰਦੇ ਹਨ। ਉਹ ਨਿਆਮਤ ਨੂੰ ਦੱਸਦੇ ਹਨ ਕਿ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਕਾਲੀ ਅਤੇ ਪੂਜਾ ਸਿੱਧੀਆਂ ਉਹਨਾਂ ਘਰ ਆਈਆਂ ਸੀ ਅਤੇ ਪਿੰਦੇ ਬਾਰੇ ਪੁੱਛ ਰਹੀਆਂ ਸਨ, ਪਰ ਪਿੰਦਾ ਸ਼ਹਿਰ ਗਿਆ ਹੋਇਆ ਸੀ ਤਾਂ ਉਹ ਮੁੜ ਗਈਆਂ। ਉਹ ਇਹ ਵੀ ਦੱਸਦੇ ਹਨ ਕਿ ਪਿੰਦਾ ਤਾਂ ਹੁਣੇ ਹੀ ਘਰ ਆਇਆ ਸੀ, ਫਿਰ ਕਾਲੀ ਕਿੱਥੇ ਗਈ? ਨਿਆਮਤ ਉੱਚੀ ਉੱਚੀ ਰੋਂਦੀ ਸਰਪੰਚ ਦੇ ਘਰੋਂ ਚਲੀ ਜਾਂਦੀ ਆ। ਨਿਆਮਤ ਕਮਲਿਆਂ ਵਾਂਗ ਗਲੀਆਂ ਵਿੱਚ ਕਾਲੀ ਕਾਲੀ ਕਰਦੀ ਹੋਈ ਕਾਲੀ ਨੂੰ ਲੱਭਦੀ ਫਿਰਦੀ ਆ, ਪਰ ਕਾਲੀ ਦਾ ਕੋਈ ਪਤਾ ਨਹੀਂ ਲੱਗਦਾ। ਸ਼ੰਕਰ ਨੂੰ ਵੀ ਅੱਜ ਪਹਿਲੇ ਦਿਨ ਕਾਲੀ ਦੀ ਫਿਕਰ ਹੋ ਰਹੀ ਸੀ। ਉਸਨੇ ਨਿਆਮਤ ਨੂੰ ਕਿਹਾ ਕਿ ਪੂਜਾ ਦੇ ਘਰ ਦੇਖ ਕੇ ਆਉਂਦੇ ਹਾਂ। ਪੂਜਾ ਪੂਜਾ, ਬਾਹਰ ਆ। ਕਾਲੀ ਕਿੱਥੇ ਆ? ਤੇਰੇ ਨਾਲ ਗਈ ਸੀ ਨਾ? ਨਿਆਮਤ ਨੇ ਪੂਜਾ ਦੇ ਘਰ ਦੇ ਲੱਕੜ ਦੇ ਟੁੱਟੇ ਜਿਹੇ ਦਰਵਾਜ਼ੇ ਨੂੰ, ਜਿਸ ਦੀਆਂ ਚੀਤਾਂ ਵਿੱਚੋਂ ਅੰਦਰ ਬਾਹਰ ਸਭ ਦਿਸਦਾ ਸੀ, ਖੜਕਾਉਂਦੇ ਹੋਏ ਪੁੱਛਿਆ। ਤਾਈ, ਸਾਡੇ ਘਰ ਨਹੀਂ ਆਈ ਕਾਲੀ? ਨਾਲੇ ਪੂਜਾ ਤਾਂ ਕਦੋਂ ਦੀ ਸੁੱਤੀ ਆ? ਬੁਖਾਰ ਚੜਿਆ ਆ ਉਹਨੂੰ? ਪੂਜਾ ਦੇ ਭਰਾ ਰਾਹੁਲ ਨੇ ਬਿਨਾਂ ਦਰਵਾਜ਼ਾ ਖੋਲ੍ਹਿਆ ਹੀ ਉੱਚੀ ਆਵਾਜ਼ ਵਿੱਚ ਕਿਹਾ।
ਰਾਹੁਲ ਪੂਜਾ ਦਾ ਵੱਡਾ ਭਰਾ ਹੈ। ਉਹ 6ਵੀਂ ਤੋਂ ਬਾਅਦ ਅੱਗੇ ਨਹੀਂ ਸੀ ਪੜ੍ਹਿਆ, ਤਾਂ ਕਰਕੇ ਉਸਦੇ ਪਿਓ ਨੇ ਪਿੰਡ ਦੇ ਬਾਹਰ ਬਾਹਰ ਕਰਿਆਨੇ ਦੀ ਦੁਕਾਨ ਪਾ ਦਿੱਤੀ ਸੀ। ਮਛਵੀਆਂ ਦੇ ਵਿਹੜੇ ਹੋਰ ਕੋਈ ਦੁਕਾਨ ਨਾ ਹੋਣ ਕਰਕੇ ਰਾਹੁਲ ਦੀ ਦੁਕਾਨ ਹੀ ਜ਼ਿਆਦਾ ਚੱਲਦੀ ਸੀ। ਘਰ ਦਾ ਗੁਜ਼ਾਰਾ ਵਧੀਆ ਚੱਲ ਰਿਹਾ ਸੀ। ਤੂੰ ਬੂਹਾ ਤਾਂ ਖੋਲ੍ਹ, ਮੈਂ ਆਪ ਪੁੱਛਦੀ ਹਾਂ ਪੂਜਾ ਤੋਂ। ਕਾਲੀ ਉਹਦੇ ਨਾਲ ਹੀ ਸੀ। ਨਿਆਮਾ ਤਰਲੇ ਜਿਹੇ ਨਾਲ ਬੋਲੀ, ਤਾਈ ਤੈਨੂੰ ਇੱਕ ਵਾਰੀ ਕਿਹਾ ਸਮਝ ਨਹੀਂ ਆਉਂਦੀ, ਸਾਨੂੰ ਨਹੀਂ ਪਤਾ ਕਾਲੀ ਦਾ, ਜਾ ਕਿਤੇ ਹੋਰ ਜਾ ਕੇ ਲੱਭ, ਰਾਹੁਲ ਗੁੱਸੇ ਵਿੱਚ ਹੀ ਕਿਹਾ। ਨਿਆਮਾ ਅਤੇ ਸ਼ੰਕਰ ਪੂਜਾ ਦੇ ਘਰੋਂ ਮੁੜ ਜਾਂਦੇ ਹਨ। ਉਹ ਸਾਰੀ ਰਾਤ ਕਾਲੀ ਨੂੰ ਲੱਭਦੇ ਫਿਰਦੇ ਹਨ, ਪਰ ਕਾਲੀ ਦਾ ਕੋਈ ਪਤਾ ਨਹੀਂ ਲੱਗਦਾ। ਨਿਆਮਾ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ। ਸ਼ੰਕਰ ਵੀ ਸਾਰੀ ਰਾਤ ਨਹੀਂ ਸੌਂਦਾ, ਉਹ ਨਿਆਮਤ ਨੂੰ ਦਿਲਾਸੇ ਦਿੰਦਾ ਰਹਿੰਦਾ ਹੈ। ਨਿਆਮਤ ਹੈਰਾਨ ਵੀ ਹੁੰਦੀ ਆ ਕਿ ਇਹ ਅੱਜ ਇੰਨਾ ਕਿਵੇਂ ਬਦਲ ਗਿਆ, ਲੜਨ ਦੀ ਥਾਂ ਚੁੱਪ ਕਰ ਰਿਹਾ ਹੈ। ਪਰ ਉਹ ਕਾਲੀ ਕਰਕੇ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੀ ਆ, ਤਾਂ ਕਰਕੇ ਸ਼ੰਕਰ ਨੂੰ ਕੁਝ ਨਹੀਂ ਕਹਿੰਦੀ। ਅਗਲੇ ਦਿਨ ਸਾਰੇ ਪਿੰਡ ਵਿੱਚ ਕਾਲੀ ਦੀ ਖਬਰ ਉੱਡ ਜਾਂਦੀ ਆ, ਜਿੰਨੇ ਮੂੰਹ ਉਨੀਆਂ ਗੱਲਾਂ ਹੋਣ ਲੱਗ ਜਾਂਦੀਆਂ ਹਨ। ਪਿੰਡ ਦੇ ਲੋਕ ਮੂੰਹ ਜੁੜ ਜੁੜ ਕੇ ਗੱਲਾਂ ਕਰ ਰਹੇ ਹੁੰਦੇ ਹਨ ਕਿ ਕਾਲੀ ਵੀ ਆਪਣੀ ਮਾਂ ਵਰਗੀ ਨਿਕਲੀ, ਕਿਤੇ ਮੂੰਹ ਕਾਲਾ ਕਰਨ ਗਈ ਹੋਊਗੀ। ਨਿਆਮਤ ਨੂੰ ਲੋਕਾਂ ਦੀਆਂ ਗੱਲਾਂ ਸੁਣ ਕੇ ਹੌਲ ਪੈਂਦੇ ਹਨ। ਉਸਦਾ ਜੀਅ ਕਰਦਾ ਹੈ ਕਿ ਉਹ ਚੀਖ ਚੀਖ ਕੇ ਆਪਣਾ ਸੱਚ ਲੋਕਾਂ ਨੂੰ ਦੱਸੇ, ਪਰ ਫਿਰ ਇਹ ਸੋਚ ਕੇ ਚੁੱਪ ਕਰ ਜਾਂਦੀ ਆ ਕਿ ਜੇ ਪਹਿਲਾਂ ਕਿਸੇ ਨੇ ਯਕੀਨ ਨਹੀਂ ਸੀ ਕੀਤਾ ਤਾਂ ਹੁਣ ਕੌਣ ਕਰੇਗਾ। ਸਰਪੰਚ ਹਾਕਮ ਸਿੰਘ ਨਿਆਮਤ ਅਤੇ ਸ਼ੰਕਰ ਨੂੰ ਆ ਕੇ ਹੌਂਸਲਾ ਦਿੰਦਾ ਹੈ ਅਤੇ ਪਿੰਡ ਦੇ ਮੁੰਡਿਆਂ ਨੂੰ ਸਾਰੇ ਪਿੰਡ ਵਿੱਚ ਅਤੇ ਆਸ ਪਾਸ ਦੇ ਖੇਤਾਂ ਵਿੱਚ ਕਾਲੀ ਨੂੰ ਲੱਭਣ ਲਈ ਭੇਜਦਾ ਹੈ। ਮੁੰਡੇ ਪਿੰਡ ਦਾ ਕੋਨਾ ਕੋਨਾ ਛਾਣ ਮਾਰਦੇ ਹਨ, ਪਰ ਉਹਨਾਂ ਨੂੰ ਕਿਤੇ ਵੀ ਕਾਲੀ ਨਹੀਂ ਮਿਲਦੀ। ਅਜੇ ਸਰਪੰਚ ਅਤੇ ਹੋਰ ਕਈ ਲੋਕ ਨਿਆਮਤ ਦੇ ਘਰ ਖੜ੍ਹੇ ਹੁੰਦੇ ਹਨ ਕਿ ਇਹਨਾਂ ਨੂੰ ਪਲਾਂਟਾਂ ਵਿੱਚ ਪੱਕੇ ਕੋਠੇ ਪਾ ਰਿਹਾ ਇੱਕ ਮਿਸਤਰੀ ਸਾਹੋ ਸਾਹੀ ਹੋਇਆ ਪਿੰਡ ਵੱਲ ਭੱਜਾ ਆਉਂਦਾ ਹੈ। ਉਹ ਪਹਿਲਾਂ ਸਰਪੰਚ ਦੇ ਘਰ ਜਾਂਦਾ ਹੈ। ਸਰਪੰਚ ਨੇ ਦੱਸਦੀ ਆ ਕਿ ਉਹ ਵਿਹੜੇ ਨਾਲੇ ਸ਼ੰਕਰ ਦੇ ਘਰ ਗਏ ਹਨ। ਉਹ ਉਸੇ ਤਰ੍ਹਾਂ ਹੀ ਸ਼ੰਕਰ ਦੇ ਘਰ ਵੱਲ ਭੱਜ ਉੱਠਦਾ ਹੈ। ਸਰਪੰਚ ਸਾਹਿਬ, ਸਰਪੰਚ ਸਾਹਿਬ, ਸਰਪੰਚ ਸਾਹਿਬ, ਉਹ ਭੱਜਾ ਆਉਂਦਾ ਬੋਲਦਾ ਹੈ। ਮਿਸਤਰੀ ਦਾ ਸਾਹ ਨਾਲ ਸਾਹ ਨਹੀਂ ਰਲਦਾ। ਕੀ ਹੋ ਗਿਆ ਕਾਕਾ, ਕਿਵੇਂ ਭੱਜਾ ਆਉਣਾ ਏ, ਜਿਵੇਂ ਕੋਈ ਪਿੱਛੇ ਪਿਆ ਹੁੰਦਾ, ਸਰਪੰਚ ਮਿਸਤਰੀ ਨੂੰ ਪੁੱਛਦਾ ਹੈ। ਸਰਪੰਚ ਸਾਹਿਬ, ਉਹ ਪਲਾਂਟਾਂ 'ਚ ਨਾ ਲਾਸ਼ ਪਈ ਆ ਕੁੜੀ ਦੀ। ਮਿਸਤਰੀ ਮਸਾਂ ਗੱਲ ਪੂਰੀ ਕਰਦਾ ਹੈ। ਮਿਸਤਰੀ ਦੀ ਗੱਲ ਸੁਣ ਕੇ ਨਿਆਮਾਂ ਦੇ ਪੈਰਾਂ ਹੇਠੋਂ ਜਿਵੇਂ ਨਿਕਲ ਜਾਂਦੀ ਆ, ਉਹ ਨੱਗੇ ਪੈਰੀ ਪਲਾਂਟਾਂ ਵੱਲ ਭੱਜ ਉੱਠਦੀ ਆ। ਸ਼ੰਕਰ, ਸਰਪੰਚ ਅਤੇ ਬਾਕੀ ਸਾਰੇ ਵੀ ਪਲਾਂਟਾਂ ਵੱਲ ਚਲੇ ਜਾਂਦੇ ਹਨ। ਮਿੰਟਾਂ ਵਿੱਚ ਹੀ ਪਲਾਂਟਾਂ ਵਿੱਚ ਵੱਡੀ ਭੀੜ ਇਕੱਠੀ ਹੋ ਜਾਂਦੀ ਆ। ਪਲਾਂਟਾਂ ਵਿੱਚ ਪੱਕੇ ਕੋਠੇ ਪਾਉਣ ਲਈ ਪੁੱਟੀਆਂ ਨੀਹਾਂ ਵਿੱਚ ਕਾਲੀ ਦੀ ਅੱਧ ਨੰਗੀ ਲਾਸ਼ ਵੇਖ ਕੇ ਨਿਆਮਾਂ ਦੀਆਂ ਤਾਹਾਂ ਨਿਕਲ ਜਾਂਦੀਆਂ ਹਨ। ਉਹ ਭੱਜ ਕੇ ਕਾਲੀ ਦੀ ਲਾਸ਼ ਨੂੰ ਬੁੱਕਲ ਵਿੱਚ ਲੈ ਲੈਂਦੇ ਆ। ਸ਼ੰਕਰ ਆਪਣੇ ਸਿਰ ਤੋਂ ਮੈਲਾ ਜਿਹਾ ਪਰਨਾ ਲਾ ਕੇ ਕਾਲੀ ਦੇ ਨੰਗੇ ਸਰੀਰ 'ਤੇ ਪਾ ਦਿੰਦਾ ਹੈ। ਉਹ ਵੀ ਬਹੁਤ ਰੋਂਦਾ ਹੈ। ਪਿੰਡ ਵਿੱਚ ਡਰ ਦਾ ਮਾਹੌਲ ਬਣ ਜਾਂਦਾ ਹੈ। ਕਾਲੀ ਦੀ ਲਾਸ਼ ਦੇਖ ਕੇ ਸਾਫ਼ ਸਾਫ਼ ਪਤਾ ਲੱਗਦਾ ਹੈ ਕਿ ਇਹ ਬਲਾਤਕਾਰ ਅਤੇ ਕਤਲ ਦਾ ਮਾਮਲਾ ਹੈ। ਸਰਪੰਚ, ਧੰਨਵਾਦ ਜੀ। ਬਾਕੀ ਕੱਲ੍ਹ ਦੀ ਵੀਡੀਓ 'ਚ ਜਾਰੀ ਰੱਖਾਂਗੇ ਜੀ। ਸਤਿ ਸ਼੍ਰੀ ਅਕਾਲ।